ਇੱਕ ਪਾਸੇ ਪੂਰਾ ਪੰਜਾਬ ਲੋਕਤੰਤਰ ਦੇ ਤਿਉਹਾਰ ਦੇ ਵਿੱਚ ਸ਼ਾਮਿਲ ਹੋ ਰਿਹਾ ਏ, ਵੋਟ ਪਾ ਰਿਹਾ ਏ, ਵੋਟ ਹੱਕ ਦਾ ਇਸਤੇਮਾਲ ਕਰ ਰਿਹਾ ਏ, ਪਰ ਫਤਿਹਗੜ੍ਹ ਸਾਹਿਬ ਦੇ 3 ਪਿੰਡ ਅਜਿਹੇ ਨੇ ਜਿਨ੍ਹਾਂ ਨੇ ਵੋਟਾਂ ਦਾ ਬਾਈਕਾਟ ਕਰ ਦਿੱਤਾ ਏ। ਇਹਨਾਂ ਦੀ ਵਜ੍ਹਾ ਦੱਸੀ ਹੈ ਗੈਸ ਫੈਕਟਰੀ, ਜਿਸ ਦਾ ਇਹ ਵਿਰੋਧ ਕਰ ਰਹੇ ਨੇ। ਉਹ ਕਹਿ ਰਹੇ ਨੇ ਕਿ ਇਹ ਵਾਤਾਵਰਣ ਨੂੰ ਨੁਕਸਾਨ ਹੈ, ਉਹਨਾਂ ਨੂੰ ਪਰੇਸ਼ਾਨੀ ਹੈ, ਇਸ ਲਈ ਇਹ ਫੈਕਟਰੀ ਨਾ ਲਾਈ ਜਾਏ। ਇਸੇ ਦਾ ਵਿਰੋਧ ਜਿਤਾਉਂਦੇ ਹੋਏ ਉਹਨਾਂ ਨੇ ਬਾਈਕਾਟ ਕਰ ਦਿੱਤਾ ਹੈ ਵੋਟਾਂ ਦਾ। 3 ਪਿੰਡ ਆ ਜਿਵੇਂ ਮੁਸਕਾਬਾਦ, ਪਿੰਡ ਟੱਪਰੀ ਤੇ ਪਿੰਡ ਖੀਵਨੀਆਂ ਨੇ ਵਿਰੋਧ ਕੀਤਾ ਹੈ। ਉੱਥੇ ਬੂਥ ਲੱਗੇ ਹੋਏ ਨੇ ਪਰ ਵੋਟ ਪਾਉਣ ਲਈ ਪਹੁੰਚਿਆ ਕੋਈ ਵੀ ਨਹੀਂ। ਇਹ ਨਾ ਹੀ ਪਹੁੰਚੀ ਹੈ, ਇਸ ਕਰਕੇ ਸਾਡਾ ਬਾਈਕਾਟ ਹੈ ਮੁਕੰਮਲ ਤੌਰ ਤੇ। ਕਾਰਨ ਇਹਦਾ ਕਾਰਨ ਇਹ ਆ, ਜਿਹੜੀ ਬਾਇਓਗੈਸ ਬੈਟਰੀ ਲੱਗ ਰਹੀ ਆ, ਮਤਲਬ ਉਹਦਾ ਵਿਰੋਧ ਚੱਲ ਰਿਹਾ 2-3 ਮਹੀਨੇ ਹੋ ਗਏ। ਬਈ ਅਸੀਂ ਬਹੁਤ ਸਮਾਂ ਤੋਂ ਮਤਲਬ ਪਹੁੰਚ ਕੀਤੀ ਵੀ ਇਹ ਬੰਦ ਕੀਤੀ ਜਾਵੇ, SDM ਤੱਕ ਵੀ ਅਸੀਂ 2 ਵਾਰ ਗਏ ਆ, ਕਿਸੇ ਨੇ ਸਾਡੀ ਗੱਲ ਨਹੀਂ ਸੁਣੀ। ਪੋਲੀਟੀਕਲ ਪਾਰਟੀਆਂ ਵੀ, ਚਾਹੇ ਉਹ ਕਾਂਗਰਸ ਆ, ਚਾਹੇ ਉਹ ਭਾਰਤੀ ਜਨਤਾ ਪਾਰਟੀ ਆ, ਚਾਹੇ ਅਕਾਲੀ ਦਲ ਆ, ਚਾਹੇ ਆਪ ਵਾਲੇ ਆ, ਕੋਈ ਵੀ, ਯਾਨੀ ਅਸੀਂ ਸਾਰੀਆਂ ਪਾਰਟੀਆਂ ਦਾ ਮੁਕੰਮਲ ਬਾਈਕਾਟ ਕੀਤਾ ਹੈ। ਕਿਉਂਕਿ ਸਾਡੇ ਨਜ਼ਦੀਕ ਪਿੰਡ ਮੁਸ਼ਕਾਬਾਦ ਦੇ ਵਿੱਚ ਇੱਕ ਗੈਸ ਦੀ ਫੈਕਟਰੀ ਲੱਗ ਰਹੀ ਹੈ, ਜਿਹਨੇ ਮਥੈਨ ਗੈਸ ਬਣਾਉਣੀ ਹੈ। ਸਾਨੂੰ ਪਤਾ ਹੀ ਵੀ ਬਹੁਤ ਉਹ ਜ਼ਹਿਰੀਲੀ ਗੈਸ ਹੈ, ਜੋ ਉਹਦਾ ਉਹਨੂੰ ਟ੍ਰੀਟ ਕਰਨ ਵਾਸਤੇ ਪਾਣੀ ਵੀ ਜਾਣਾ, ਉਹ ਵੀ ਗਰਾਊਂਡ ਦੇ ਵਿੱਚ ਉਹਨਾਂ ਨੇ ਪਾਉਣਾ ਹੈ। ਉਹਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਨੁਕਸਾਨ ਹੈ। ਬੜੇ ਲੰਬੇ ਸਮੇਂ ਤੋਂ ਅਸੀਂ ਸੰਘਰਸ਼ ਕਰਦੇ ਆ ਰਹੇ ਹਾਂ, ਸਾਡੀ ਪ੍ਰਸ਼ਾਸਨ ਵੱਲੋਂ ਜਾਂ ਸਾਡੀ ਕਿਸੇ ਪੋਲੀਟੀਕਲ ਪਾਰਟੀਆਂ ਵੱਲੋਂ ਸਾਡੀ ਕੋਈ ਬਹੁਤ ਜ਼ਿਆਦਾ ਸੁਣਵਾਈ ਨਹੀਂ ਹੋਈ, ਨਾ ਹੀ ਕੋਈ ਸਾਡੇ ਕੋਲ ਆਇਆ। ਸੋ ਇਸ ਕਰਕੇ ਅਸੀਂ ਕੁਛ ਕੁ ਨਗਰਾਂ ਨੇ ਫੈਸਲਾ ਲਿਆ ਹੈ ਬਈ ਜੋ ਇਹ ਵੋਟਾਂ ਨੇ ਇਹਦਾ ਅਸੀਂ ਪੂਰਨ ਬਾਈਕਾਟ ਕਰੀਏ। ਸੋ ਇਸ ਕਰਕੇ ਅਸੀਂ ਤਹਿਲਕਾ ਨਿਊਜ਼। ਜੇਕਰ ਸੱਚ ਲਿਖਣਾ, ਸੱਚ ਬੋਲਣਾ ਬਗਾਵਤ ਹੈ ਤਾਂ ਸਮਝੋ ਤਹਿਲਕਾ ਨਿਊਜ਼ ਬਾਗੀ ਹੈ। ਜਨਤਾ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਲਈ ਤਹਿਲਕਾ ਨਿਊਜ਼ ਹਰ ਟਾਈਮ ਹਰ ਵਕਤ ਤੁਹਾਡੇ ਨਾਲ ਹੈ। ਜੇਕਰ ਸਰਕਾਰਾਂ ਕਰ ਰਹੀਆਂ ਨੇ ਕਿਸਾਨਾਂ ਨਾਲ ਧੱਕਾ, ਨਹੀਂ ਸੁਣੀ ਜਾ ਰਹੀ ਗਰੀਬਾਂ ਦੀ ਗੱਲ, ਪੰਜਾਬ ਦਾ ਇੱਕ ਬੇਧੜਕ ਨਿਰਧੜਕ ਤਹਿਲਕਾ ਨਿਊਜ਼ ਹਰ ਵਕਤ ਹਰ ਟਾਈਮ ਹਰ ਪਲ ਤੁਹਾਡੇ ਨਾਲ ਹੈ। ਜੇਕਰ ਕਿਸੇ ਨਾਲ ਹੋ ਰਹੀ ਹੈ ਬੇਇਨਸਾਫੀ, ਪ੍ਰਸ਼ਾਸਨ ਨਹੀਂ ਦੇ ਰਿਹਾ ਜਨਤਾ ਨੂੰ ਸਹੀ ਹੱਕ, ਤੁਹਾਡੀ ਆਵਾਜ਼ ਚੱਕਣ ਲਈ ਤੇ ਤੁਹਾਡੀ ਮਦਦ ਕਰਨ ਲਈ ਤਹਿਲਕਾ ਨਿਊਜ਼ ਹਰ ਟਾਈਮ ਹਰ ਵਕਤ ਤੁਹਾਡੇ ਨਾਲ। ਜੇਕਰ ਜਨਤਾ ਨਾਲ ਹੋ ਰਿਹਾ ਧੱਕਾ, ਰਾਜਨੀਤਿਕ ਨੇਤਾ ਜਾਂ ਸ਼ਰਾਰਤੀ ਆਂਸਰ ਜਨਤਾ ਨੂੰ ਕਰ ਰਹੇ ਨੇ ਪਰੇਸ਼ਾਨ, ਤੁਹਾਡੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਤਹਿਲਕਾ ਨਿਊਜ਼ ਹਰ ਵਕਤ ਹਰ ਟਾਈਮ ਤੁਹਾਡੇ ਨਾਲ ਹੈ।